ਵਾਇਰ ਹੈ ਕਿ ਨਹੀਂ ਕਹਿੰਦੇ ਨਾ ਤੁਸੀਂ। ਅਸਲਾਮ ਅਲੈਕੁਮ ਜੀ ਸਾਰੇ ਦੋਸਤਾਂ ਨੂੰ ਕੀ ਹਾਲ ਚਾਲ, ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ। ਆ ਜੀ ਅਸੀਂ ਭਾਈ ਲਿਆਕਤ ਕੋਲ ਆਏ ਹਾਂ ਜੀ, ਅੱਜ ਤੋਰੇ ਫਿਰੇ 'ਤੇ ਜਾ ਰਹੇ ਹਾਂ ਜੀ ਇੱਥੇ ਹੀ ਆਪਣਾ ਲਿਆਕਤ ਕੋਲ ਤੱਕ। ਅਤੇ ਕਾਫੀ ਅਰਸੇ ਤੋਂ ਮੈਂ ਸੋਚ ਰਿਹਾ ਸੀ ਭਾਈ ਲਿਆਕਤ ਕੋਲ ਜਾਣਾ, ਅਤੇ ਇਹ ਵੀਡੀਓ ਇਨਸ਼ਾਅੱਲਾ ਭਾਈ ਲਿਆਕਤ ਵਾਲੇ ਚੈਨਲ 'ਤੇ ਆਊਗੀ ਇਨਸ਼ਾਅੱਲਾ। ਅਤੇ ਅੱਜ ਟਾਈਮ ਕੱਢਿਆ ਜੀ ਮੈਂ ਕਿ ਕੱਢ ਕੇ, ਚਲੋ ਫਿਰ ਤੋਂ ਆਈਏ। ਬੰਦਾ ਸੋਚਦਾ ਰਹੇ ਨਾ ਵੀ ਅੱਜ ਜਾਵਾਂਗੇ, ਅੱਛਾ ਫਿਰ ਆਵਾਂਗੇ, ਫਿਰ ਆਵਾਂਗੇ, ਫਿਰ ਨਹੀਂ ਜਾ ਹੁੰਦਾ। ਜਦੋਂ ਬੰਦਾ ਕਹਿੰਦਾ ਜੀ ਕੱਲ੍ਹ ਨੂੰ ਜਾਣਾ ਜਾਂ ਅੱਜ ਜਾਣਾ, ਇੱਦਾਂ ਦਾ ਜ਼ਿਹਨ ਬਣਾਵੇ ਤਾਂ ਫਿਰ ਬੰਦਾ ਜਾਣਾ ਚਲਾ ਜਾਂਦਾ। ਭਾਅ ਜੀ ਲਿਆਕਤ ਆਪਣੀ ਕਿੰਨੀ ਦੇਰ ਪਹਿਲੇ ਦੀ ਸਲਾਮ ਦੁਆ ਜੀ ਬੰਦਾ ਸੀ ਉਹਦਾ? ਸਲਾਮ ਦੁਆ ਤਾਂ ਆਪਣੀ ਵੈਸੇ ਅਗਰ ਦੇਖਿਆ ਜਾਵੇ ਤਾਂ ਟੁੱਟਵੀਂ ਜੀ ਸਲਾਮ ਦੁਆ ਨੂੰ ਤਾਂ ਤਕਰੀਬਨ ਆਪਾਂ ਨੂੰ 8-9 ਸਾਲ ਹੀ ਹੋ ਚੱਲੇ ਆ ਤੁਹਾਡੇ ਚੈਨਲ ਦੇ ਥੱਲੇ। ਮੈਂ ਕਮੈਂਟ ਸਰਚ ਕਰਦਾ ਰਹਿੰਦਾ ਸੀਗਾ, ਫਿਰ ਤੁਹਾਡਾ ਵਟਸਐਪ ਨੰਬਰ ਸੀ ਮੇਰੇ ਕੋਲ, ਜਿੱਦਾਂ ਹਾਲ ਵਾਲ ਕਰ ਲੈਂਦੇ ਸੀਗੇ। ਦੋ ਬੰਦੇ ਸੀਗੇ ਜੀ, ਇੱਕ ਬੰਦਾ ਲਿਆਕਤ ਅਲੀ ਚੌਧਰੀ, ਇੱਕ ਬੰਦਾ ਵਸੀਮ ਵੜਾਇਆ ਮਰਾਲਾ ਮੰਡੀ ਬਹਾਉਦੀਨ। ਇਹ ਦੋ ਦੋਸਤਾਂ ਦੇ ਕਮੈਂਟ ਜਿਹੜੇ ਸ਼ੁਰੂ ਤੋਂ ਹੀ ਤਕਰੀਬਨ ਆ ਰਹੇ ਆ ਜੀ ਚੈਨਲ ਦੇ ਥੱਲੇ। ਤਕਰੀਬਨ ਮੈਂ ਮਤਲਬ ਕਹਿ ਲਓ ਕਿ ਰੈਗੂਲਰ ਜਿਹੜੇ ਆ ਕਮੈਂਟ ਇਹਨਾਂ ਦੇ ਹਰ ਵੀਡੀਓ ਦੇ ਥੱਲੇ ਆਉਂਦੇ ਹੁੰਦੇ ਸੀ। ਬਿਲਕੁਲ ਇਸ ਤਰ੍ਹਾਂ ਜੀ, ਫਰਕ ਭਾਈ ਦੇ ਚੈਨਲ ਥੱਲੇ ਜੀ ਰੈਗੂਲਰ ਸੀ ਕਮੈਂਟਸ ਕਰਦੇ ਹੁੰਦੇ ਸੀਗੇ, ਔਰ ਹੁਣ ਸਾਨੂੰ ਸਮਝ ਆਉਂਦੀ ਹੈ ਵੀ ਉਹ ਕਮੈਂਟਸ ਅਸੀਂ ਗਲਤ ਹੀ ਕਰਦੇ ਹੁੰਦੇ ਸੀ, ਕਿਉਂਕਿ ਚੈਨਲ ਚਲਾਉਣੇ ਬੜੇ ਔਖੇ ਕੰਮ ਆ। ਅਸੀਂ ਬਸ ਉਦੋਂ ਕਹਿ ਦਿੰਦੇ ਸੀ ਨਹੀਂ ਜੀ ਇਸਕੋ ਐਸੇ ਕਰ ਦਿਓ, ਇਸਕੋ ਵੈਸੇ ਕਰ ਦਿਓ, ਇਸਕੋ ਵੈਸੇ ਕਰ ਦਿਓ, ਲੇਕਿਨ ਉਹ ਹੁਣ ਸਾਨੂੰ ਸਮਝ ਆਉਂਦੀ ਵੀ ਨਹੀਂ ਐਸੇ ਵੈਸੇ ਨਹੀਂ ਹੁੰਦਾ, ਔਖਾ ਕੰਮ ਆ। ਬਾਕੀ ਇਹ ਹੁੰਦੀ ਹੈ ਜੀ ਮੁਕਦਰਾਂ ਦੀ ਗੇਮ। ਬਿਲਕੁਲ ਜੀ, ਲੱਗਦੇ ਤਾਂ ਬੜੇ ਦੋਸਤ ਆ ਚੈਨਲਾਂ ਦੇ ਪਿੱਛੇ, ਲੇਕਿਨ ਬਹੁਤ ਘੱਟ ਆ ਜਿਹੜੇ ਅੱਗੇ ਤੱਕ ਪਹੁੰਚਦੇ ਆ। ਕੁਛ ਰਸਤੇ 'ਚ ਦਿਲ ਛੱਡ ਜਾਂਦੇ ਆ, ਅਤੇ ਕੁਛ ਜਿਹੜੇ ਆ ਉਹ ਦੇਖਾ ਦੇਖੀ ਬਣਾਉਂਦੇ ਆ, ਮੁੜ ਕੇ ਕੰਮ ਕਰਦੇ ਨਹੀਂ ਉਹਨਾਂ ਦੇ ਉੱਤੇ। ਕੁਛ ਲੱਗੇ ਰਹਿੰਦੇ ਆ ਸਾਡੇ ਵਰਗੇ ਜਿਹੜੇ ਆ ਸਿਰ ਮਾਰੀ ਰੱਖਦੇ, ਕਿਸੇ ਨਾ ਕਿਸੇ ਪਾਸੇ ਨਿਕਲਾਂਗੇ। ਚਲੋ ਥੋੜੀ ਜਿਹੀ ਅੱਗੇ ਨੂੰ ਖਿੱਚ ਯਾਰ, ਅੱਛਾ ਦੋਸਤੋ ਇਹ ਦੇਖੋ ਜੀ ਇੱਧਰ ਇਹਨਾਂ ਦਾ ਟੋਟਲ ਤੁਹਾਨੂੰ ਵਰਕਸ਼ਾਪ ਦਿਖਾ ਰਹੇ ਹਾਂ। ਇੱਕ ਇਹਨਾਂ ਨੇ ਬਲੋਰ ਜਿਹਾ ਚਲਾਇਆ ਸੀ, ਬੜੀ ਜ਼ਬਰਦਸਤ ਹਵਾ ਸੀਗੀ ਇਹਦੀ, ਔਰ ਇਸ ਜਗ੍ਹਾ ਦੇ ਉੱਤੇ ਇਹ ਬਹੁਤ ਸਾਰੀ ਕਿਸਮ ਦੀ ਮਤਲਬ ਦੋ ਕਿਸਮ ਦੀ ਵੈਲਡਿੰਗ ਵੀ ਕਰਦੇ ਆ ਰੂਟਾਵੇਟਰਾਂ ਨੂੰ ਖਾਸ ਕਰ। ਇਹ ਮਸ਼ੀਨਾਂ ਪਈਆਂ ਜੀ ਇਹਨਾਂ ਦੀਆਂ, ਇਹ ਨਾਲ ਬਲੋਰ ਲੱਗਾ ਵਾ, ਇਹ ਗੈਸ ਵੈਲਡਿੰਗ ਵਾਲੀ ਮਸ਼ੀਨ ਹੈ ਜੀ ਇਹਦੇ ਨਾਲ, ਲੇਕਿਨ ਬਲੋਰ ਦੀ ਹਵਾ ਚੰਗੀ ਹੈ। ਇਹ ਬਲੋਰ ਜਿਹੜਾ ਜੀ ਇਹਦੀ ਬੜੀ ਜ਼ਬਰਦਸਤ ਹਵਾ ਸੀ ਅਸੀਂ ਇਹਦੇ ਉੱਤੇ ਖੜ੍ਹੇ ਹੋਏ ਹਾਂ। ਬਾਕੀ ਇਹਦੇ ਵਿੱਚ ਰੂਲਰ ਵਗੈਰਾ ਅਤੇ ਹਰ ਕਿਸਮ ਦੀ ਤਕਰੀਬਨ ਐਗਰੀਕਲਚਰ ਮਸ਼ੀਨ ਵੀ ਤਿਆਰ ਕਰਦੇ ਆ ਜੀ ਅੱਜ।
ਹਾਂਜੀ ਸਰ, ਕੀ ਕਹਿਣਾ ਚਾਹੋਗੇ ਗੱਡੀ ਦੇ ਬਾਰੇ ਜੀ? ਅੱਛਾ ਜੀ, ਇੱਧਰੋਂ ਹੀ ਅੰਦਰੋਂ, ਇੱਥੋਂ ਇੱਥੋਂ ਹੀ।